ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ। ਕੀ ਹਾਲ ਨੇ ਸਾਰਿਆਂ ਦਾ? ਅਲਹਮਦੁਲਿਲਾ, ਅਸੀਂ ਬਿਲਕੁਲ ਠੀਕ ਠਾਕ। ਸਾਡੀ ਦੁਆ ਸਾਡੇ ਦੇਖਣ ਵਿੱਚ ਤੇਰੇ ਖੁਸ਼ ਰਹਿਣ, ਬਾਦ ਹਮੇਸ਼ਾ ਹੱਸਦੇ ਵਸਦੇ ਰਹਿਣ। ਅੱਲਾਹ ਪਾਕ ਸਭ ਨੂੰ ਸਲਾਮਤ ਰੱਖੇ, ਆਮੀਨ ਸੁਮਾ ਆਮੀਨ। ਕੁੱਤੀ ਦੇ ਕੰਮ ਚੈੱਕ ਕਰੋ, ਉੱਤੇ ਜਾ ਕੇ ਬਹਿੰਦੀ ਹੈ ਤਾਂ ਕਿ ਜਿਹੜਾ ਕੋਈ ਲੰਘਦਾ ਟੱਪਦਾ ਨਾ ਬੂਹੇ ਲਿਆਵੇ ਨਾ, ਉਸੇ ਟਾਈਮ ਫਟਾਫਟ ਯਾਨੀ ਕਿ ਪੂਰਾ ਚੌਕੀਦਾਰਾ ਕਰ ਰਹੀ। ਚੈੱਕ ਕਰੋ ਜੀ, ਹੋਰ ਇੱਧਰ ਦਾਣਾ ਸ਼ਮਾਈ ਲਗਾ ਰਿਹਾ ਜੀ ਫਸਲਾਂ ਨੂੰ ਪਾਣੀ। ਅੱਜ ਪਾਣੀ ਦੀ ਵਾਰੀ ਆਈ ਕਿ ਟਰਬਾਈਨ ਸਪੈਸ਼ਲ ਚਲਾਉਣੀ ਪੈਂਦੀ? ਸਹੀ ਹੈ, ਯਾਨੀ ਕਿ ਇਸ ਫਸਲ ਦਾ ਪਾਣੀ ਕੋਈ ਨਹੀਂ ਹੈਗਾ ਨਹਿਰੀ। ਪਾਇਪ ਉਧਰੋਂ ਲਿਆ ਕੇ ਨਾ ਇੱਥੇ ਚਲਾਉਣਾ ਪੈਂਦਾ, ਇਹ ਸਾਰਾ ਹੀ ਭਰਾ ਬਣਾ ਦੇਣਾ ਸਾਡਾ, ਸਾਰਾ ਨਹੀਂ ਚੰਗਾ ਲੱਗਦਾ। ਹੁਣ ਸਰਦੀਆਂ ਨੂੰ ਇੱਥੇ ਕੀ ਬੀਜੇਗਾ, ਸਬਜ਼ੀ ਕਿ ਬਰਸਨ? ਸਬਜ਼ੀ ਬੀਜ, ਹਾਂ ਪੱਠੇ ਹੁਣ ਚੰਗੇ ਤੇਰੇ ਮਾਸ਼ਾਅੱਲਾ ਮੱਛ ਰਹੇ ਨੇ। ਐ ਵਿਚਾਰਾ ਤੱਕਾ ਤੋੜਾ ਲਾ ਕੇ ਨਾ ਵਿੱਚੋਂ ਦੀ ਨਿਕਲਦਾ ਪਿਆ ਜਾਲੀ ਦੇ। ਐ ਨਿਆਜ਼ ਬੋ ਦਾ ਬੂਟਾ, ਬਾਕੀ ਤਾਂ ਤੇਰੇ ਕੋਈ ਵੀ ਦਰਖਤ ਨਹੀਂ ਹੋਇਆ, ਕੋਈ ਵੀ ਦਰਖਤ ਅਤੇ ਅੱਕ ਤਾਂ ਹੁੰਦੀ ਵੀ ਅੱਕ, ਵੇਖ ਅੱਕ ਨਹੀਂ ਹੋਣਾ ਚਾਹੀਦਾ ਇਹਨੂੰ ਕਿਸੇ ਤਰ੍ਹਾਂ ਟਾਈਮ ਖੋਦ ਦੇ ਵੀ ਇੱਥੋਂ ਅਤੇ ਅੱਕ ਸਹੀ ਹੈ ਬੂਹੇ 'ਤੇ। ਹਾਂ ਬੂਟੇ ਸਾਰੇ ਖਤਮ ਕਰਕੇ ਹੁਣ ਇੱਥੇ ਹੋਰ ਕੋਈ ਬੂਟੇ ਸਰਦੀਆਂ ਦੇ ਲਾ ਦੇ, ਸਰਦੀਆਂ ਆਉਂਦੀਆਂ ਥੋੜ੍ਹੀਆਂ ਜਿਹੀਆਂ, ਉਸ ਟਾਈਮ ਲਾ ਦੇ ਇੱਥੇ। ਇਹ ਬੂਟਾ ਵਿਚਾਰਾ ਵਾਹ ਵਾਹ ਟੁਰਿਆ ਹੋਇਆ ਫੁੱਲਾਂ ਵਾਲਾ, ਦੇਖੋ ਕਿੰਨੇ ਪਿਆਰੇ ਇਹਦੇ 'ਤੇ ਫੁੱਲ ਲੱਗੇ ਖੜੇ ਆ। ਇੱਥੇ ਸਲਾਹ ਤੈਨੂੰ ਹੈ ਇੱਕ ਕਿ ਜਿਹੜਾ ਨਾ ਸੂਰਜਮੁਖੀ ਦੇ ਪੌਦੇ ਲਾ ਦੇ, ਉਹ ਬੜੇ ਪਿਆਰੇ ਲੱਗਣਗੇ, ਵੱਡੇ ਵੱਡੇ ਹੋ ਗਏ ਨਾ। ਅਸੀਂ ਵਿਖਾ ਕਿੰਨਾ ਪਾਣੀ ਕੱਢਦਾ ਪਿਆ, ਇਹ 12 ਵੋਲਟ ਵਾਲਾ ਸਾਡਾ ਪੰਪ ਚੱਲ ਰਿਹਾ ਵੇਖੋ ਮਾਸ਼ਾਅੱਲਾ, ਹੁਣ ਤੇ ਅੱਛਾ ਪਾਣੀ ਕੱਢਦਾ ਹੈ। ਜਿਹੜੀ ਐਟਮ ਜਿਸ ਚੀਜ਼ ਦੀ ਹੋਵੇ ਨਾ ਉਸ ਹਿਸਾਬ ਨਾਲ ਚੱਲਦੀ ਹੈ। ਇਹ ਹੁਣ ਬਿਜਲੀ ਚਲਾਈਏ ਨਾ ਥੋੜ੍ਹਾ ਪਾਣੀ ਦਿੰਦਾ, ਸੋਲਰ 'ਤੇ ਚਲਾਈਏ ਜ਼ਿਆਦਾ, ਹੁਣ ਸੋਲਰ 'ਤੇ ਚੱਲਦਾ ਫਿਰ। ਇਹ ਵੇਖੋ ਇਹ ਚੀਜ਼ ਕੈਸੀ ਹੈਗੀ, ਜਦੋਂ ਰਾਤ ਪੈ ਜਾਂਦੀ ਯਾਨੀ ਸ਼ਾਮ ਹੋ ਜਾਂਦੀ ਉਦੋਂ ਇਹਦੇ ਸਾਰੇ ਪੱਤਰ ਸੁੰਗੜ ਜਾਂਦੇ ਨੇ, ਇੰਝ ਲੱਗਦਾ ਜਿਵੇਂ ਸੁੱਕ ਗਿਆ, ਸੁਬਹ ਹੁੰਦਿਆਂ ਹੀ ਇਹ ਫੁੱਟ ਪੈਂਦੇ ਨੇ। ਇਹ ਵੇਖੋ ਇਹ ਸਾਰੇ ਹੁਣੇ ਹੁਣੇ ਮੱਛਰੇ ਨੇ। ਸਾਵਾ ਕੋੜਾ ਇਹ ਪੱਠਿਆਂ ਦਾ ਯਾਨੀ ਕਿ ਵਿੱਚ ਖਾ ਹੀ ਰੱਖਦਾ ਹੈਗਾ, ਪੱਠੇ ਖਾ ਹੀ ਰੱਖਦਾ, ਪੱਠੇ ਖਾ ਖਾ ਕੇ ਵੱਡਾ ਹੁੰਦਾ। ਇਹ ਵੇਖੋ ਹੁਣ ਚੰਬੜਿਆ ਬੈਠਾ ਨਾਲ, ਪੱਠੇ 5 ਮਿੰਟਾਂ 'ਚ ਫਰੀ ਵੀ ਗਏ ਨੇ, ਉਹ ਇੱਕ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ, ਹੁਣ ਇਹਨੇ ਨਵਾਂਦਾ ਪਿਆ ਚੰਗੀ ਤਰ੍ਹਾਂ, ਪਾਣੀ ਗਿਆ ਹੀ ਬਾਹਰ ਸਾਰਾ। ਅਸੀਂ ਉਦਣ ਨਾ ਸਾਰੇ ਗਿਫਟ ਓਪਨ ਕਰਕੇ ਖਾ ਖੋ ਕੇ ਫਿਰ ਦੁਬਾਰਾ ਰੱਖ ਦਿੱਤੇ ਸੀ। ਅੱਜ ਬੱਚਿਆਂ ਨੂੰ ਮੈਂ ਆਖਿਆ ਵੀ ਇਹਨਾਂ ਨੂੰ ਓਪਨ ਕਰੋ ਦੁਬਾਰਾ, ਜਿਨ੍ਹਾਂ ਜਿਨ੍ਹਾਂ ਦੇ ਕੰਮ ਦੇ ਹੈਗੇ ਨਾ ਉਹ ਆਪੋ ਆਪਣੇ ਚੱਕ ਲੈਣ, ਕਿਉਂਕਿ ਇੱਥੇ ਰੱਖਣ ਦਾ ਇਹਨਾਂ ਦਾ ਫਾਇਦਾ ਕੋਈ ਨਹੀਂ ਆ, ਨਾ ਹੀ ਸਾਡੇ ਕੰਮ ਦੇ ਐਡੇ। ਉਹ ਜਿਹੜੇ ਸੂਟ ਹੈਗੇ ਸੀ ਉਹ ਕੋਈ ਅਸੀਂ, ਤੂੰ ਕਿੰਨੇ ਰੱਖਿਆ? ਇੱਕ ਵੀ ਨਹੀਂ ਰੱਖਿਆ। ਬਾਕੀ ਸਾਰੇ ਘੋੜੇ ਹਨ, ਸਾਰੇ ਸਹੀ ਹਨ ਕਿ ਕਿਹਨਾਂ ਰੁਕੀ ਹੈ। ਇਹ ਵੇਖ ਸ਼ਰਟਾਂ ਸ਼ੁਰਟਾਂ ਵਿੱਚ ਵਾਹ ਵਾਹ ਹੈਗੀਆਂ, ਜਿੰਨਾ ਜਿੰਨਾ ਇਹਨੂੰ ਪੂਰੀਆਂ ਆਉਂਦੀਆਂ ਨੇ ਆਪੋ ਆਪਣੀਆਂ ਚਾਹ ਲਵਾਂ, ਸਰਦੀਆਂ ਆਉਂਦੀਆਂ ਗਰਮੀਆਂ ਦੀਆਂ, ਪਰ ਮੋਬਾਈਲ ਨਾ ਸੱਟ ਅਸਮਾ।
ਮਗਰ ਉਹ ਜੇ ਕੋ ਬਣੇ ਮਲਾਂਗ ਬਾਣ ਕਹਿੰਦੇ ਆ ਕਿ ਬਹੁਤੀ ਖੁਸ਼ੀ ਵੀ ਗਮ ਬਰਾਬਰ, ਇਹਦੇ ਵਿੱਚ ਝੂਠ ਨਾ ਜਾਣੀ। ਸੁੱਕ ਜਾਂਦੇ ਨੇ ਉਹ ਰੁੱਖ ਮੁਹੰਮਦ, ਬਹੁਤਾ ਜਿਨ੍ਹਾਂ ਨੂੰ ਪਾਣੀ। ਅਤੇ ਮੈਂ ਇੱਕ ਵਿਹਲੇ ਮੁੰਡੇ ਦੀ ਵੀਡੀਓ ਦੇਖੀ ਆ, ਉਹਨੇ ਦੱਸਿਆ ਕਿ ਹਮਾਰੇ ਘਰ ਨਿਊ ਬੇਬੀ ਆ ਗਿਆ। ਔਰ ਉਹ ਮਤਲਬ ਹੈ ਤਾਂ ਨੰਨਾ ਮੁੰਨਾ ਹੀ ਸੀ, ਵੱਛੀ ਉਹਨਾਂ ਦੇ ਘਰ, ਯਾਨੀ ਕਿ ਨਾ ਇੱਕ ਗਾਂ ਉਹਨਾਂ ਦੀ ਨੇ ਵੱਛੀ ਦਿੱਤੀ ਆ, ਔਰ ਉਹਦੇ 'ਤੇ ਉਹਨੇ ਵੀਡੀਓ ਬਣਾਈ। ਔਰ ਉਹੀ ਵੱਛੀ ਜਿਹੜੀ ਨਾ ਉਹ ਵਿਚਾਰੀ ਬਹੁਤ ਜ਼ਿਆਦਾ ਸਮਝੋ ਕਿ ਨਾ ਬਿਮਾਰ ਹੋਈ ਖੜੀ ਆ। ਖੈਰ ਮੈਂ ਕਲਿੱਪ ਵੀ ਤੁਹਾਡਾ ਨਾਲ ਲਾ ਦੇਸਾਂ, ਤੁਸੀਂ ਵੀ ਦੇਖ ਲੈਣਾ। ਅਤੇ ਉਸੇ ਤਰ੍ਹਾਂ ਸੇਮ ਹਿਸਾਬ ਕਿਤਾਬ ਹੁੰਦਾ ਕਿ ਕੋਈ ਵੀ ਖੁਸ਼ੀ ਹੈ ਨਾ, ਉਹਨੂੰ ਜ਼ਿਆਦਾ ਇਤਨਾ ਨਾ ਮਨਾਓ, ਇਤਨਾ ਨਾ ਮਨਾਓ ਕਿ ਉਹ ਗਮ ਵਿੱਚ ਬਦਲ ਜਾਵੇ। ਔਰ ਅੱਜ ਮੇਰੇ ਕੋਲ ਯਕੀਨ ਕਰੋ ਕੋਈ ਅਲਫਾਜ਼ ਹੀ ਨਹੀਂ, ਕੋਈ ਕੰਟੈਂਟ ਹੀ ਨਹੀਂ ਹੈ ਕਿ ਸੁਬੋਹ ਦਾ ਨਾ ਬਸ ਜ਼ਿਹਨ 'ਤੇ ਇੰਨਾ ਪਤਾ ਨਹੀਂ ਬੋਝ ਕਿਉਂ ਪੈ ਗਿਆ, ਸਮਝ ਨਹੀਂ ਆਉਂਦੀ। ਸਮਝੂ ਗੱਲ ਬਾਹਰ ਹੈ ਜੀ, ਅੱਲਾ ਬਿਹਤਰ ਜਾਣਦਾ ਹੈ ਕਿ ਸਾਡੇ ਨਾਲ ਜੋ ਬੀਤੀ ਆ ਉਸ ਵਜ੍ਹਾ ਤੋਂ ਆ, ਜਾਂ ਫਿਰ ਕੋਈ ਹੋਰ ਕੋਈ ਵਜ੍ਹਾ ਹੈ, ਜਾਂ ਕੀ ਮਤਲਬ ਹੈ ਕਿ ਕੋਈ ਇੱਕ ਜਗ੍ਹਾ 'ਤੇ ਨਾ ਜ਼ਿਹਨ ਟਿਕ ਕੋਈ ਨਹੀਂ ਰਿਹਾ। ਬਹਰਹਾਲ ਜੀ, ਅੱਜ ਜਿਹੜਾ ਨਾ ਕੋਈ ਐਡੀ ਖਾਸ ਕੋਈ ਰੂਟੀਨ ਕੋਈ ਨਹੀਂ ਸ਼ੇਅਰ ਕਰ ਪਾਵਾਂਗੇ। ਬਸ ਮਾੜੇ ਮੋਟੇ ਜੋ ਵੀ ਆਪਣੇ ਜ਼ਿਹਨ 'ਤੇ ਆਇਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ। ਬਾਕੀ ਇਹਨਾਂ ਦਾ ਵੀ ਅਲਹਮਦੁਲਿਲਾ ਚੈਨਲ ਮੋਨੋਟਾਈਜ਼ ਹੋ ਗਿਆ ਹੋਇਆ, ਹੁਣ ਇੱਥੇ ਸਿਰ ਸੱਟ ਕੇ ਬੈਠਾ, ਕਿਤੇ ਜਾਊਗਾ। ਆਏ ਅਲੀ ਰੱਖ ਦਿੱਤਾ ਨੇ ਰਾਣੀ, ਹੈ ਰਾਣੀ ਆਵਾਜ਼ ਚੰਗੇ ਰੱਖੇ ਨੇ ਵਿਚਾਰਿਆਂ ਨੂੰ ਬਾਹਰ ਕੱਢੋ। ਨਿੱਕੇ ਨਿੱਕੇ ਨੰਨੇ ਮੁੰਨੇ ਇੱਥੇ ਪੇ ਬਿਲਕਦੇ ਨੇ, ਹੈਂ ਨਾ ਇਹਨਾਂ ਨੂੰ ਪਾਣੀ ਪਿਲਾਉਂਦੇ ਹੋ, ਨਾ ਕੋਈ ਖਾਣਾ ਪੀਣਾ ਪਾਉਂਦੇ ਹੋ। ਕੀ ਅੱਗੇ ਆਖੀ ਜਾਂਦੀ ਹੈ ਨਾ ਆਪ ਸਮਾਲਣ ਕਰੀ
ਦੱਸ ਨਾ ਕੀ ਇਸਤੇਮਾਲ ਕਰੀਏ, ਕੀ ਖਾਣਾ ਏ? ਦੱਸ ਦੱਸ ਦੇ ਰਹੀ ਹਾਂ। ਉਹ ਦੱਸ ਤਾਂ ਸਹੀ ਕੀ ਖਾਣਾ ਏ, ਕੋਈ ਗੱਲ ਦੱਸ ਐਵੇਂ। ਮੇਰੇ ਲਈ ਮੂੰਹ ਕਰ ਐਵੇਂ ਬਿਲਾ ਵਜ੍ਹਾ ਰੋਣ ਬਹਿ ਜਾਂਦੀ ਹੈ। ਹੈਂ ਭਾਈ ਜੀ, ਗੱਲ ਪਤਾ ਕੀ ਆ, ਅੱਜ ਸੁਬਹ ਮੈਂ ਬਾਈ ਨੂੰ ਪੁੱਛਿਆ, ਮੈਂ ਕਿਹਾ ਕੋਈ ਕੰਮ ਹੈ ਤਾਂ ਸਾਡੇ ਲਾਇਕ ਸਾਨੂੰ ਦੱਸੋ। ਕਹਿ ਰਿਹਾ ਕਿ ਮੈਂ ਆਪ ਅਜੇ ਬੇਰੋਜ਼ਗਾਰ ਹੋ ਕੇ ਬੈਠਾ ਹੋਇਆ, ਫਿਲਹਾਲ ਤਾਂ ਕੰਮ ਕੋਈ ਨਹੀਂ ਆ। ਕੰਮ ਮਿਲੇਗਾ, ਦਿਹਾੜੀ ਤੁਹਾਡੀ ਕਰਾਂਗੇ, ਕੋਈ ਚਾਰ ਪੈਸੇ ਲਿਆਵਾਂਗੇ ਅਤੇ ਫਿਰ ਹੀ ਖਵਾਵਾਂਗਾ। ਇਸ ਟਾਈਮ ਸਿਰਫ ਔਰ ਸਿਰਫ 1,000 ਰੁਪਈਆ ਮੇਰੇ ਕੋਲ, ਬੜੀਆਂ ਮੁਸ਼ਕਲਾਂ ਨਾਲ ਉਹ ਵੀ ਬਚਿਆ ਹੈਗਾ। ਇਸ ਕਰਕੇ ਰੱਖਿਆ ਮੈਂ ਕਿ ਕਿਸੇ ਟਾਈਮ ਵਾਧਾ ਘਾਟਾ ਵੀ ਹੋ ਸਕਦਾ, ਅੱਲਾ ਮਾਫੀ ਦੇਵੇ। ਕੰਮ ਅਸ ਕੰਮ ਬੰਦੇ ਜੇਬ ਵਿੱਚ ਕੋਈ ਚਾਰ ਪੈਸੇ ਤਾਂ ਹੋਵਣ ਨਾ, ਕੰਮ ਲੱਭਦਾ ਕੋਈ ਨਹੀਂ ਪਿਆ। ਬੇਗਮ ਤਾਂ ਹੁਣੇ ਹੀ ਗਿਲਾ ਹੈ ਕਿ ਕੋਈ ਚੀਜ਼ ਨਾ ਖਾਣ ਨੂੰ ਲਿਆ ਕੇ ਦੇ ਰਿਹਾ, ਨਾ ਕੋਈ ਮਤਲਬ ਖੁਰਾਕ ਹੈ, ਨਾ ਕੁਛ ਹੈ। ਔਰ ਇਸ ਵਕਤ ਵਾਕਈ ਇਹਨੂੰ ਕਾਫੀ ਖੁਰਾਕ ਦੀ ਜ਼ਰੂਰਤ ਆਈ, ਮੇਰੀ ਤਵੱਜਾ ਦੀ ਜ਼ਰੂਰਤ ਆਈ। ਮੈਂ ਖਾਲੀ ਤਵੱਜਾ ਦੇ ਕੇ ਜ਼ਿੰਦਗੀ ਕਰ ਸਕਾਂ ਜ਼ਿਆਦਾ? ਅੱਜ ਦਾ ਦਿਨ ਤਾਂ ਚਲੋ ਜਿਵੇਂ ਗੁਜ਼ਰ ਗਿਆ ਸੋ ਗੁਜ਼ਰ ਗਿਆ, ਕੱਲ੍ਹ ਨੂੰ ਇਨਸ਼ਾਅੱਲਾ ਕਿਸੇ ਪਾਸੇ ਨਿਕਲਣਾ, ਕੋਈ ਕੰਮ ਦੀ ਤਲਾਸ਼ ਕਰਨਾ। ਅਤੇ ਕਿਉਂਕਿ ਹਾਲੇ ਤੱਕ ਪੇਮੈਂਟ ਆਵਾਂ ਤਾਂ ਪੂਰੇ 15 ਦਿਹਾੜੇ ਪੈਣ, 15 ਤੋਂ 16 ਦਿਹਾੜੇ, ਉਨ੍ਹਾਂ ਚਿਰ ਭੁੱਖੇ ਤਾਂ ਨਹੀਂ ਮਾਰ ਸਕਦੇ ਘਰ ਪੈ ਕੇ। ਬਾਕੀ ਤਾਂ ਸ਼ੁਕਰ ਅਲਹਮਦੁਲਿਲਾ, ਖਰਚਾ ਪਾਣੀ ਸਭ ਕੁਝ ਹੈ, ਮਤਲਬ ਕਿ ਖਾਣ ਪੀਣ ਹੈਗਾ, ਸੌਦਾ ਸੁਦਾ ਮੈਂ ਮਹੀਨੇ ਦਾ ਐਕਸਟਰਾ ਲੈ ਕੇ ਰੱਖ ਲੈਂਦਾ, ਆਟਾ ਦਾਣਾ ਵੀ ਲੈ ਕੇ ਰੱਖ ਲਈਦਾ। ਅਤੇ ਅੱਜ ਹੁਣ ਸੁਬਹ ਸਮਝੋ ਨਾ ਕੋਈ ਦੁੱਧ ਲਿਆ, ਨਾ ਕੋਈ ਹੋਰ ਚੀਜ਼, ਸਬਜ਼ੀ ਪਕਾਉਣ ਨੂੰ ਕੋਈ ਚੀਜ਼ ਨਹੀਂ ਲਿਆਉਂਦੀ ਆ, ਠੀਕ ਹੈ। ਸਿਰਫ 1,000 ਰੁਪਈਆ ਰੱਖਿਆ ਮੈਂ ਕਿ ਤੇਲ ਪਾਣੀ ਬੰਦਾ ਪਵਾ ਲੈਂਦਾ ਅੱਗੇ ਪਿੱਛੇ ਨਿਕਲਣ ਦਾ। ਲੇਕਿਨ ਕਦੇ ਕਦੇ ਬੰਦੇ ਦੇ ਹਾਲਾਤ ਮਾੜੇ ਆ ਹੀ ਜਾਂਦੇ ਨੇ, ਕੋਈ ਐਸੀ ਗੱਲ ਨਹੀਂ ਹੈਗੀ। ਅਤੇ ਲਿਆਦਾ ਪਰੇਸ਼ਾਨ ਨਾ ਹੋ, ਠੀਕ ਹੈ ਨਾ। ਤੈਨੂੰ ਉੱਥੇ ਚਾਚਿਆਂ ਨੇ ਕੋਈ ਨਹੀਂ ਖਾਣ ਪੀਣ ਨੂੰ ਦੇਣੀ, ਜਾਏ ਉਹ ਤਾਂ ਆਪ ਵਿਚਾਰੇ ਸੰਭਾਲਣਾ। ਹੁਣ ਤੈਨੂੰ ਮੈਂ ਸੰਭਾਲ ਕੇ ਬੈਠਾ, ਹੋਰ ਮੈਂ ਤੈਨੂੰ ਕੀ ਸੰਭਾਲਾਂ? ਹੈਂ ਹੋਰ ਕੀ ਸੰਭਾਲਾਂ ਤੈਨੂੰ ਮੈਂ? ਤੈਨੂੰ ਆਖਿਆ ਤੂੰ ਕੰਮ ਕਾਰ ਨਾ ਕਰ, ਆਪੇ ਕਾਰ ਲੈ ਸਣਗੀ। ਤੂੰ ਨਾ ਮਨਾ ਉਨੀ ਕੱਪੜੇ ਧੋਣ ਨੂੰ, ਨਾ ਭਾਂਡੇ ਧੋਣ ਨੂੰ, ਨਾ ਕੁਛ। ਕਿਉਂ ਕੌਣ ਕਿਉਂ ਕਰਕੇ ਦੇਊਗਾ? ਬਹਰਾਲ ਹੁਣ ਤੂੰ ਕੱਪੜੇ ਭਾਂਡੇ ਨਹੀਂ ਧੋਣੇ, ਠੀਕ ਹੈ ਨਾ। ਜੇ ਆਪਣੀ ਜ਼ਿੰਦਗੀ ਨਾਲ ਪਿਆਰ ਹੈ ਤਾਂ ਠੀਕ ਹੈ ਨਾ। ਮੌਤ ਇੱਕ ਦੇ ਨਾਲ ਹੀ ਸੁਹਾਣੀ ਹੈ, ਲੇਕਿਨ ਇਹਤਿਆਤ ਬੰਦੇ ਨੂੰ ਕਰਨੀ ਚਾਹੀਦੀ ਆ। ਹੁਣ ਤੇਰੀ ਬੇਇਹਤਿਆਤੀ ਦੀ ਵਜ੍ਹਾ ਤੋਂ ਇਹ ਸਾਰਾ ਕੰਮ ਹੋਇਆ, ਮੇਰੀ ਬੇਇਹਤਿਆਤੀ। ਅਸੀਂ ਐਸ਼ਾਂ 'ਤੇ ਟੁਰੇ ਰਹੇ ਜੀ, ਕੋਈ ਨਹੀਂ ਕੁਛ ਵੀ ਹੁੰਦਾ ਭੱਜੋ ਬਜਾਈ 'ਤੇ, ਲੇਕਿਨ ਇਹ ਨਤੀਜਾ ਵੇਖਣ ਨੂੰ ਮਿਲਿਆ। ਅਤੇ ਹੁਣ ਲਿਆਦਾ ਨਾ ਕੋਈ ਰੋਣ ਨਾਲ ਕੋਈ ਗੱਲ ਇੱਥੇ ਆਉਂਦੀ ਆ, ਨਾ ਕੁਛ ਆ। ਸਬਰ ਤੂੰ ਕੰਮ ਲੈ, ਠੀਕ ਹੈ ਨਾ। ਐਵੇਂ ਬਿਲਾ ਵਜ੍ਹਾ ਰੋ ਕੇ ਆਪਣੀ ਅੱਖਾਂ ਨੂੰ ਪੀੜ ਉਸਨੀ। ਅਤੇ ਲਿਆਦਾ ਦੂਸਰੀ ਗੱਲ ਇਹ ਆ ਕਿ ਪਾਣੀ 'ਚ ਹੱਥ ਨਾ ਪਾ। ਕਾਫੀ ਭੈਣਾਂ ਭਾਈਆਂ ਨੇ ਮੈਨੂੰ ਮੈਸੇਜ ਕੀਤੇ ਨੇ ਵੀ ਇਹਨੇ ਸਰਦੀਆਂ 'ਚ ਨਾ ਸਾਰੀਆਂ ਹੱਡੀਆਂ ਦੇ ਵਿੱਚ ਵੜ ਜਾਣੀ ਹੈ ਸਰਦੀ, ਕਿਉਂਕਿ ਹੁਣ ਕੱਚਾ ਜੀ ਸਮੇਂ ਤੇਰਾ। ਇਸ ਕਰਕੇ ਇਹਤਿਆਤ ਕਰ, ਠੀਕ ਹੈ ਨਾ।
ਸਿਵਾਏ ਆਰਾਮ ਦੇ ਹੁਣ ਤੈਨੂੰ ਕੋਈ ਕੰਮ ਨਹੀਂ ਆ, ਠੀਕ ਆ ਨਾ? ਆਰਾਮ ਕਰ, ਆਪਣਾ ਸਕੂਨ ਕਰ। ਉਹ ਆਉਂਦੀ ਵੀ ਮੁਸਹਰਤ, ਜੇ ਕੋਈ ਕੰਮ ਕਰ ਤਾਂ ਤੈਨੂੰ ਮਸਲਾ ਹੈ ਤਾਂ ਉਹ ਕਰ ਲਿਆ ਕਰ ਸੀ, ਉਹਨੂੰ ਕੋਈ ਦੋ ਚਾਰ ਦਿਨ ਇੱਥੇ ਰੱਖ ਲੈਂਦੇ ਹਾਂ, ਆਪੇ ਬੱਚਿਆਂ ਨੂੰ ਸੰਭਾਲ ਲਏ ਸੀ ਬਾਈ ਅਮੀਰ। ਕੀ ਆਉਂਦੇ ਹੈਂ ਉਹਨਾਂ ਦੇ ਨਾਲ, ਤੂੰ ਕਿਤੇ ਜਾਣਾ ਬਈ? ਤੈਨੂੰ ਬੜਾ ਸੰਭਾਲਣਗੇ ਉਹਨਾਂ ਦੇ, ਆਪਣੇ ਇੰਨੇ ਬੱਚੇ ਨੇ, ਤੈਨੂੰ ਉਹਨਾਂ ਸੰਭਾਲਣਾ? ਚੀਕਣਾ ਭਾਵੇਂ ਨਹੀਂ ਹੈਗਾ, ਐਵੇਂ ਬੰਦਾ ਉਹਨਾਂ 'ਤੇ ਜਾ ਕੇ ਬੋਝ ਸਿਰ 'ਤੇ ਬਣ ਕੇ ਬਹਿ ਜਾਵੇ, ਕੋਈ ਫਾਇਦਾ ਵੀ ਹੈ? ਹਾਂ ਸੰਭਾਲ ਲੈ ਸਿਰ ਤੈਨੂੰ, ਅਸਾਂ ਤੈਨੂੰ ਕੋਈ ਨਹੀਂ ਨਾ ਸੰਭਾਲਿਆ ਹੋਇਆ, ਥੋੜ੍ਹਾ ਜਿਹਾ ਕੱਲ੍ਹ ਤੂੰ ਕੰਮ ਲੈ। ਸਿਵਾਏ ਸਾਡੀ ਛੋਟੀ ਭੈਣ ਦੇ ਨਾ, ਨਾ ਕੋਈ ਇਹਦਾ ਪੁੱਛਣ ਲੂ ਆਇਆ ਪੇਕਿਆਂ ਲੂ, ਨਾ ਮਾਂ, ਨਾ ਮਾਸੀ, ਨਾ ਪਿਓ, ਨਾ ਚਾਚਾ, ਨਾ ਤਾਇਆ, ਨਾ ਕੋਈ ਭੈਣਾਂ, ਅਤੇ ਨਾ ਹੀ ਮੇਰੀ ਵੱਡੀ ਭੈਣ ਆਈ ਹੈ, ਠੀਕ ਹੈ? ਛੋਟੀ ਭੈਣ ਆਈ, ਕੌਣ ਆਈ ਆ? ਮੇਰੇ ਆਉਂਦਿਆਂ ਕੋਈ ਨਹੀਂ ਆਏ, ਮੈਂ ਜਿਸ ਦਿਨ ਮੈਂ ਆਇਆ ਉਹ ਦਿਨ ਆਈ। ਬਾਕੀ ਤੇਰੇ ਤਾਂ ਕੋਈ ਰਿਸ਼ਤੇਦਾਰਾਂ 'ਚ ਨਹੀਂ ਆਇਆ, ਨਾ ਕੋਈ ਭੈਣਾ, ਨਾ ਕੋਈ ਚਾਚਾ, ਨਾ ਤਾਇਆ, ਨਾ ਪਿਓ, ਨਾ ਮਾਂ, ਨਾ ਕੋਈ ਵੀ ਕੋਈ ਨਹੀਂ ਆਇਆ। ਨਵਾਂ ਜਾਈ ਨਾ, ਅਸੀਂ ਡੇਕ ਡੇਕ ਕੇ ਜਾਂਦੇ ਹਾਂ ਉਹਨਾਂ 'ਤੇ, ਉਹਨਾਂ ਨੂੰ ਕੋਈ ਨਹੀਂ ਆਪਣੇ ਆਪ। ਮੈਂ ਹਾਲਾਂਕਿ ਉਹਦਾ ਉੱਥੇ ਬੈਠਿਆ ਉਹਨੂੰ ਆਖਿਆ, ਮੈਂ ਕਿਹਾ ਤੇਰੀ ਧੀ ਹੈ, ਕੰਮ ਅਸ ਕੰਮ ਤੂੰ ਜਾ ਕੇ ਪੁੱਛ ਗਿਛ, ਤਾਂ ਕੋਈ ਪਰਵਾਹ ਨਹੀਂ, ਬਿਲਕੁਲ ਯਕੀਨ ਕਰ ਜਾ। ਬਹਰਹਾਲ ਕੋਈ ਗੱਲ ਨਹੀਂ, ਸਦਾ ਦਿਨ ਇੱਕੋ ਜਿਹਾ ਹੀ ਕੋਈ ਰਹਿੰਦੇ, ਅਤੇ ਨਾ ਹੀ ਸਦਾ ਦਿਨ ਔਖੇ ਰਹਿੰਦੇ, ਅਤੇ ਨਾ ਹੀ ਸੌਖੇ ਰਹਿੰਦੇ ਆ। ਅਤੇ ਤੂੰ ਦਿਲ ਪੈੜਾ ਨਾ ਕਰ, ਅਤੇ ਨਾ ਰੋ ਰੋ ਕੇ ਆਪਣੇ ਆਪ ਨੂੰ ਅਰਕਾਨ ਕਰ, ਐਵੇਂ ਇੰਜੂ ਕੜਕਾਈ ਉੱਨੀ ਤਾਂ ਰੋਈ ਜਾਂਦੀ ਹੈ। ਇਹੀ ਵਜ੍ਹਾ ਹੈ ਬਾਈ ਜੀ, ਨਾ ਮੇਰਾ ਕੋਈ ਦਿਲ ਕੀਤਾ ਵਲੋਗ ਸ਼ਲੋਗ ਬਣਾਉਣ ਨੂੰ, ਨਾ ਕੁਛ ਹੈ। ਜਿਸ ਟਾਈਮ ਮੈਂ ਜਾਂਦਾ ਆਉਂਦਾ, ਨਾ ਆਪ ਨੂੰ ਸਕੂਨ ਇਹਨੂੰ ਹੈ, ਅਤੇ ਨਾ ਹੀ ਮੈਨੂੰ ਸਕੂਨ ਕਰਨ ਦੇ ਲਈ, ਬਸ ਬਿਲਾ ਵਜ੍ਹਾ ਐਵੇਂ ਰੋਈ ਜਾ। ਉਹਨੂੰ ਰੋਣ ਦਾ ਤਾਂ ਫਾਇਦਾ ਹੈ ਕੋਈ ਨਾ, ਹੁਣੇ ਆਉਂਦੀ ਹੈ ਦੁੱਖ ਮੈਨੂੰ ਜ਼ਿਆਦਾ ਸਮਝੋ, ਔਲਾਦ ਨਾਲ ਦੁੱਖ ਇਸ ਗੱਲ ਦਾ ਜ਼ਿਆਦਾ ਲੱਗਦਾ ਪਿਆ ਕਿ ਮੈਂ ਸਾਰਿਆਂ ਨਾਲ ਕਿਤਨਾ ਚੰਗਾ ਵਰਤ ਰਹੀ ਹਾਂ, ਲੇਕਿਨ ਮੈਨੂੰ ਆ ਕੇ ਕਿਸੇ ਫੋਨ ਵਾਲੀ ਪੁੱਛਿਆ, ਫੋਨ 'ਤੇ ਵੀ ਨਹੀਂ ਪੁੱਛਿਆ, ਠੀਕ ਹੈ ਨਾ? ਅਤੇ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਪਤਾ ਲੱਗ ਜਾਂਦਾ ਹੁੰਦਾ ਔਖੇ ਟਾਈਮ, ਆਈ ਸਮਝ? ਹੁਣ ਤੂੰ ਵੀ ਅੱਗੋਂ ਆਪਣਾ ਹਿਸਾਬ ਕਿਤਾਬ ਨਾਲ ਚੱਲੀ ਨਾ, ਸਮਝ ਆ ਗਈ? ਬਖਤੂ ਅਤੇ ਬਖਤੂ ਦੀ ਮਾਂ ਜੀ ਆਏ ਸਨ, ਔਰ ਮੈਂ ਇਹਨਾਂ ਨੂੰ ਪਿੱਕ ਕਰਨ ਲਈ ਆਇਆ। ਉਹ ਵੇਖੋ ਆ ਗਏ, ਬਖਤੂ ਆ ਅੱਪੜ ਆਇਓ, ਹੁਣ ਬਖਤੂ ਨਹੀਂ ਵੇਖਦਾ ਸਾਡੇ ਹਲੇ, ਗਰਮੀ ਬਹੁਤ ਹੈ, ਗਰਮੀ ਬਹੁਤ ਹੈ। ਚੱਲ ਆ ਜਾ, ਚਲੀਏ ਆਸਿਆ, ਮੋੜ ਕੱਪੜੇ ਧੋਣ ਲੱਗੀ ਤਾਂ ਹੋਰ ਕੀ, ਮੈਂ ਨਾ ਇਹ ਔਰਤ ਪਾਗਲ ਹੋ ਗਈ, ਮੈਂ ਤੈਨੂੰ ਮਨਾ ਕਰਕੇ ਗਿਆ, ਮੋੜੀ ਤੂੰ ਕਿਉਂ ਨਹੀਂ ਰੁਕਦੀ ਹੈ? ਦੋਣੇ ਤਾਂ ਆਣ, ਦੋ ਪਜਾਵੇ ਆਣ, ਕਿਹੜਾ ਕੋਈ ਉਚਾਲ ਆ ਗਿਆ ਤੈਨੂੰ, ਮੈਂ ਮਨਾ ਕੀਤਾ ਤੇ ਪਤਾ ਨਹੀਂ ਇਹਦਾ ਦਿਮਾਗ ਹੈ ਕਿ ਮੁਸਹਰਾ, ਤੈਨੂੰ ਤੂੰ ਆਪ ਹੀ ਮਨਾ ਕਰ, ਫਾਇਦਾ ਨਹੀਂ ਹੈ ਡੇਗ ਮਾਰਨ ਦਾ, ਤਾਂ ਤੈਨੂੰ ਆਖਿਆ ਨਹੀਂ ਪਾਣੀ 'ਚ ਹੱਥ ਨਾ ਪਾ, ਮੈਂ ਆਸੇ ਪਾਸੇ ਨਿਕਲਣਾ ਮਗਰੋਂ ਕੰਮ ਨੂੰ ਲਾਗ ਪਾਉਂਦੀ। ਚਲੋ ਹੁਣ ਦੋ ਚਾਰ ਦੇ ਤੈਨੂੰ ਦਵਾ ਜਾ ਸੀ ਕੱਪੜੇ, ਕੱਪੜੇ ਦਵਾਵਣ ਆਈ ਕਿ ਐਵੇਂ ਆਈ? ਹਾਂ ਲੈ ਆਈ ਜੀ, ਮਾਤਾ ਦੋ ਲੈ।
ਚਲੋ ਮਿਹਰਬਾਨੀ, ਬਾਹਰ ਵੀ ਆਈ ਬੈਠੀ ਵੱਡੀ। ਸਵੇਰੇ ਮੈਂ ਭੈਣ ਦੱਸੂ, ਮੈਂ ਕਿਹਾ ਵੱਡੀ ਭੈਣ ਨੀ ਪੁੱਛਣ ਆਈ ਸਾਨੂੰ, ਬਸ ਸਹੀ ਹੈ ਅਸੀਂ ਉੱਚੇ ਹੋ ਗਏ ਆ। ਨਹੀਂ ਮਹੀਨਾ ਪੂਰਾ ਹੋ ਗਿਆ ਇਹਨੂੰ ਪੁੱਛ ਕੇ, ਮਹੀਨਾ ਪੂਰਾ ਹੋ ਗਿਆ, ਮੈਂ ਤਾਂ ਉਹਦੇ ਹੀ ਕੰਮ ਲੱਗਾ ਰਹਿਣਾ, ਉਹਦੇ ਹੀ ਹਟ ਕੇ ਤਾਂ ਟਾਈਮ ਲੱਗਦਾ ਕੋਈ ਨੀ। ਸੁਭਾਨ ਅੱਲਾ, ਗਿਲੇ ਸ਼ਿਕਵੇ ਨਹੀਂ ਮੁੱਕਦੇ, ਯਕੀਨ ਕਰ ਜੇ ਨੰਦ, ਗਿਲੇ ਸ਼ਿਕਵੇ ਨਹੀਂ ਮੁੱਕਦੇ। ਹਾਂ ਮਹੀਨਾ ਪੂਰਾ ਤਾਂ ਮੈਨੂੰ ਹੋ ਗਿਆ, ਮੈਂ ਉਦੋਂ ਹੀ ਕੰਮ ਲੱਗਾ ਰਿਹਾ, ਉਦੋਂ ਹਟ ਕੇ ਟਾਈਮ ਲੱਗਦਾ ਕੋਈ ਨੀ। ਇੱਥੇ ਆਉਣਾ ਅੱਠਵੇਂ ਦੇ, ਫਿਰ ਦੂਏ ਦੇ ਵਾਪਸ, ਮੁੜ ਕਿਵੇਂ ਵੱਜਦਾ ਤਰੁਕਦਾ ਕੱਟ ਕਿਵੇਂ, ਇੱਥੇ ਹੀ ਮੈਂ ਉਹਨਾਂ ਤੇ ਇੱਥੇ ਹੀ ਮੇਰੀ ਵੱਜੋ ਵਜਾਈ ਲੱਗੀ ਹੁੰਦੀ ਹੈ। ਹਾਂ ਮਸਾਂ ਮਾਰ ਕੇ ਇੱਕ ਦਿਨ ਰੈਸਟ ਦਾ, ਉਹ ਵੀ ਰੈਸਟ ਕੋਈ ਨੀ, ਇੱਥੇ ਵੀ ਆਉਂਦੀ, ਇੱਥੇ ਉਹਨਾਂ ਗੈਸ ਮੁੱਕਾ ਹੋਇਆ, ਸੌਦਾ ਮੁੱਕਾ ਹੋਇਆ, ਉਹਦੇ ਬਾਜ ਪਿਆ। ਹਾਂ ਬਹਿਣ ਬਿਰਾ ਕਿਹੜਾ ਛੁੱਟੇ ਖੜੇ ਹਨ, ਅਸੀਂ ਕੁਛ ਛੱਡ ਦਿੱਤੇ ਹਨ ਬੜੇ। ਹਾਂ ਕੰਮ ਤਾਂ ਵਾਕਿਆ ਨੀ ਮੁੱਕਦੇ। ਮੈਂ ਹੁਣ ਉਹ ਗਿਲੇ ਵਾਲੀ ਗੱਲ ਹੈ, ਮੈਂ ਪਿਆਨਾ, ਮੈਂ ਪਰਸੋਂ ਆਇਆ ਰਾਤ 11 ਵਜੇ। ਨਹੀਂ ਗੱਲ ਸੁਣੇ ਨਾ, 11 ਵਜੇ ਮੈਂ ਆਇਆ ਪਰਸੋਂ ਰਾਤੀ, ਠੀਕ ਹੈ ਨਾ, ਤੇ ਕੱਲ ਵਿੱਚ ਦਿਹਾੜੀ ਜੁਮਾ ਆਈ, ਇੱਕ ਮੇਰੇ ਉਂਝ ਦੇਣ ਤੇ ਟੈਨਸ਼ਨ, ਮੇਰਾ ਦਿਲ ਹੀ ਨੀ ਕੀਤਾ ਕਿਸੇ ਪਾਸੇ ਨਿਕਲਣ। ਅੱਜ ਹੈ ਤੇ ਅੱਜ ਵੀ ਸਵੇਰ ਦਾ ਉਹ ਹੀ ਕੰਮ, ਹੁਣ ਨੁੱਛਾਂ ਆਈ ਆ ਉਹਨੂੰ ਲਵਾਉਣ ਗਿਆ, ਹੋਰ ਪਾਸੇ ਕਿਤੇ ਗਿਆ ਹੀ ਕੋਈ ਨੀ ਆ। ਮੈਂ ਤਾਂ ਤੈਨੂੰ ਦੱਸਿਆ ਆਪ, ਬੜਾ ਕੋਈ ਜ਼ਿਹਨ ਨਹੀਂ, ਪਤਾ ਨਹੀਂ ਮਰੀਜ਼ ਹੋਇਆ ਪਿਆ, ਪਤਾ ਨਹੀਂ ਕੀ ਬਣਿਆ ਕੀ ਨਹੀਂ। ਗਰਮੀ ਤੂੰ ਛੱਡ ਕੇ, ਵੈਸੇ ਵੀ ਤਾਂ ਜਿਹੜੇ ਸਿਚੁਏਸ਼ਨ ਤੂੰ ਗੁਜ਼ਰੇ ਆ ਪਤਾ ਹੀ ਹੈ। ਹਾਂ ਹੋਰ ਅੱਗੇ ਆਉਂਦੇ ਜਾਂਦੇ ਰਹਿੰਦੇ, ਅਸੀਂ ਕਿਹੜਾ ਨਹੀਂ ਆਉਂਦੇ ਜਾਂਦੇ। ਨਹੀਂ 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 ਹੁੰਦਾ ਆਪਾਂ ਨੂੰ ਕੋਈ ਨਹੀਂ ਹੈ, ਹੁੰਦਾ ਆਪਾਂ ਨੂੰ ਕੋਈ ਨਹੀਂ ਮਸਲਾ ਹੈਗਾ, ਹੁੰਦਾ ਕੀ ਆਪਾਂ ਨੂੰ, ਸਾਨੂੰ ਕੀ।